ਲੋਕ ਸਭਾ ਚੋਣਾਂ ਵਿਚਾਲੇ ਕਰਤਾਰਪੁਰ ਲਾਂਘੇ 'ਤੇ ਵੀ ਸਿਆਸਤ ਸ਼ੁਰੂ ਹੋ ਗਈ ਹੈ। ਇੱਕ ਪਾਸੇ ਜਿੱਥੇ ਪਾਕਿਸਤਾਨ ਵਾਲੇ ਪਾਸੇ ਕਰਤਾਰਪੁਰ ਲਾਂਘੇ ਦਾ 70% ਕੰਮ ਪੂਰਾ ਹੋ ਚੁੱਕਿਆ, ਉੱਥੇ ਹੀ ਭਾਰਤ ਵਾਲੇ ਪਾਸੇ ਲਾਂਘੇ ਦਾ ਕੰਮ 17% ਵੀ ਪੂਰਾ ਨਹੀਂ ਹੋਇਆ। ਹੋਰ ਤਾਂ ਹੋਰ, ਲਾਂਘੇ ਦੇ ਬਹਾਨੇ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਦੂਰਬੀਨਾਂ ਲਾ ਕੇ ਬਣਾਏ ਗਏ ਦਰਸ਼ਨ ਸਥਾਨ ਨੂੰ ਵੀ ਇਹ ਕਹਿ ਕੇ ਢਾ ਦਿੱਤਾ ਗਿਆ ਕਿ ਇੱਥੇ ਲਾਂਘੇ ਦਾ ਪੁਲ ਬਣਾਇਆ ਜਾਣਾ ਹੈ, ਜਦਕਿ ਬਾਕੀ ਥਾਂ 'ਤੇ ਹਾਲੇ ਇੱਕ ਇੱਟ ਵੀ ਨਹੀਂ ਲਾਈ। आज ये दर्शन स्थल है उसको पूरी तरह से डिसमेंटल कर दिया गया है और आज से कोई भी यहाँ पे जनता दर्शन के लिए नहीं आ पाएंगे और ये कंस्ट्रक्शन कंपनी इस काम को जितना जल्दी है वो करके देगी तो वो ये है। और ये दर्शन स्थल को पूरी तरह से आज जो है डिसमेंटल कर दिया गया है और ट्री कटिंग का भी काम यहाँ चालू हो गया है। इस तरह से सारा काम अब यहाँ पूरी तेज़ी से चल रही है और दर्शन स्थल को डिसमेंटलिंग करने का ये था तो इसी के नीचे यहाँ पे ब्रिज का पाइलिंग वर्क होगा। ਪਾਕਿਸਤਾਨ ਵਾਲੇ ਪਾਸੇ ਦਿਨ ਰਾਤ ਲਾਂਘੇ ਦਾ ਕੰਮ ਚੱਲ ਰਿਹਾ ਹੈ, ਪੁਲ ਉਸਾਰੇ ਜਾ ਰਹੇ ਨੇ, ਦਫ਼ਤਰ ਬਣਾਏ ਜਾ ਰਹੇ ਨੇ, ਗੁਰੂ ਘਰ ਦੀ ਪਰਿਕਰਮਾ ਦੀ ਮੁੜ ਉਸਾਰੀ ਕੀਤੀ ਜਾ ਰਹੀ ਹੈ, ਸ਼ਰਧਾਲੂਆਂ ਦੇ ਰੁਕਣ ਲਈ ਸਰਾਂ ਤਿਆਰ ਹੋ ਚੁੱਕੀਆਂ ਨੇ, ਜਦਕਿ ਡੇਰਾ ਬਾਬਾ ਨਾਨਕ 'ਚ ਹੁਣ ਤੱਕ ਸਿਰਫ ਸਿਆਸਤ ਦੀ ਇਮਾਰਤ ਹੀ ਖੜ੍ਹੀ ਹੋ ਚੁੱਕੀ ਹੈ। ਹਾਲਾਂਕਿ ਕੇਂਦਰ ਸਰਕਾਰ ਨੇ ਦਬਾਅ 'ਚ ਆ ਕੇ ਲਾਂਘੇ ਲਈ ਹਾਮੀ ਭਰੀ ਸੀ ਪਰ ਹੁਣ ਪ੍ਰਧਾਨ ਮੰਤਰੀ ਮੋਦੀ ਇਸ ਦਾ ਕ੍ਰੈਡਿਟ ਲੈਂਦੇ ਦਿਖਾਈ ਦਿੰਦੇ ਨੇ। ਬਟਵਾਰੇ ਕੇ ਸਮੇਂ ਥੋੜਾ ਵੀ ਜ਼ੋਰ ਲਗਾਇਆ ਜਾਤਾ तो करतारपुर साहब आज भारत की धरती में होते। मैं अपने इन गुरु के दर्शन के लिए सीमा पार करने का और आने जाने का, भाइयों बहनों, एक सिलसिला कैसे शुरू हो हम आगे बढ़े हैं। भाइयों और बहनों, कांग्रेस के इस अन्याय को सुधारना मुश्किल है लेकिन हमारी सरकार प्रयास कर रही है कि करतारपुर साहब का दर्शन करने जो भक्त जाते हैं उन्हें तकलीफ ना हो, इसके लिए करतारपुर साहब कॉरिडोर विकसित किया जा रहा है। सियासत करण विच कांग्रेस भी पिछे नहीं। पंजाब कांग्रेस के प्रधान अते गुरदासपुर हलके तो कांग्रेस उम्मीदवार सुनील जाखड़ का दावा कर रहे हैं कि मोदी तो करतारपुर कॉरीडोर चाहते ही नहीं। उन्होंने कहा कि जे मोदी तो छुटकारा मिलेगा तो ही लांघा खुल सकता है। ਪੰਜਾਬ ਦੇ ਲੋਕ ਖਾਸ ਤੌਰ 'ਤੇ ਮਨ ਬਣਾਈ ਬੈਠੇ ਆ ਵੀ ਮੋਦੀ ਸਾਹਿਬ ਜੇ ਛੁਟਕਾਰਾ ਮਿਲੂਗਾ ਹਿੰਦੁਸਤਾਨ ਨੂੰ ਤਾਂ ਹੀ ਪੰਜਾਬ ਅੱਗੇ ਵੱਧ ਸਕਦਾ, ਤਾਂ ਹੀ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹ ਸਕਦਾ, ਤਾਂ ਹੀ ਪੰਜਾਬ ਦੇ ਬਣਦੇ ਜਿਹੜਾ ਹੱਕ ਲਿਆ ਕੇ ਆ ਸਕਦੇ ਹਾਂ, ਤਾਂ ਹੀ ਸਾਡੇ 31,000 ਕਰੋੜ ਰੁਪਈਏ ਜਿਹੜੇ ਸੈਂਟਰ ਸਰਕਾਰ ਨੱਪੀ ਬੈਠੀ ਉਹ ਵਾਪਸ ਆ ਸਕਦੇ। ਉੱਧਰ ਜਿਸ ਮੰਤਰਾਲੇ ਦੀ ਦੇਖ ਰੇਖ ਵਿੱਚ ਲਾਂਘੇ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਉਸਦੇ ਮੰਤਰੀ ਨਿਤਿਨ ਗਡਕਰੀ ਵੀ ਪੰਜਾਬ ਫੇਰੀ 'ਤੇ ਸਨ। ਗਡਕਰੀ ਨੇ ਦਾਅਵਾ ਕੀਤਾ ਕਿ ਲਾਂਘੇ ਦੇ ਕੰਮ 'ਚ ਆ ਰਹੀਆਂ ਔਕੜਾਂ ਨੂੰ ਦੂਰ ਕਰ ਲਿਆ ਜਾਵੇਗਾ ਅਤੇ 3-4 ਮਹੀਨੇ 'ਚ ਕੰਮ ਪੂਰਾ ਕਰ ਲਿਆ ਜਾਵੇਗਾ। ਹੋ ਗਿਆ, ਹਮਨੇ ਉਸੀ ਕੰਟਰੈਕਟਰ ਕੋ ਜੋ ਕੰਮ ਕਰ ਰਹਾ ਥਾ ਉਸਕੋ ਕੰਮ ਵੀ ਦੇ ਦਿਆ, ਕੰਮ ਵੀ ਸ਼ੁਰੂ ਹੈ। ਔਰ ਮੈਨੂੰ ਲੱਗਤਾ ਹੈ 3-4 ਮਹੀਨੇ ਮੇਂ ਕੰਮ ਪੂਰਾ ਹੋ ਜਾਏਗਾ। ਲੈਂਡ ਐਕੁਇਜ਼ੀਸ਼ਨ ਕੇ ਕੁਛ ਪ੍ਰੋਬਲਮ ਆਏ ਥੇ, ਪੰਜਾਬ ਸਰਕਾਰ ਕੇ ਸਹਿਯੋਗ ਸੇ ਲੈਂਡ ਐਕੁਇਜ਼ੀਸ਼ਨ ਕੇ ਪ੍ਰੋਬਲਮ ਰਿਜ਼ੋਲਵ ਕਰਕੇ ਹਮ ਕੰਮ ਪੂਰਾ ਕਰ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਹਿਲ ਤੋਂ ਬਾਅਦ ਭਾਰਤ ਸਰਕਾਰ ਨੇ 22 ਨਵੰਬਰ ਨੂੰ ਲਾਂਘੇ ਲਈ ਹਾਮੀ ਭਰੀ ਸੀ ਅਤੇ ਮੁਲਕ ਵਿੱਚ ਨਵੀਂ ਸਰਕਾਰ ਬਣਨ ਤੱਕ ਇਸ ਐਲਾਨ ਦੇ 6 ਮਹੀਨੇ ਵੀ ਪੂਰੇ ਹੋ ਜਾਣਗੇ ਅਤੇ ਜੇਕਰ ਹੁਣ 3-4 ਮਹੀਨੇ ਵਿੱਚ ਕੰਮ ਪੂਰਾ ਕੀਤਾ ਜਾ ਸਕਦਾ ਤਾਂ ਪਿਛਲੇ 6 ਮਹੀਨੇ ਕੰਮ ਕਿਉਂ ਲਟਕਾਇਆ ਗਿਆ? ਕੀ ਭਾਜਪਾ ਨੂੰ ਮੁੜ ਆਪਣੀ ਸਰਕਾਰ ਬਣਾਉਣ ਦਾ ਭਰੋਸਾ ਨਹੀਂ ਸੀ? ਅਤੇ ਜੇਕਰ ਅਜਿਹਾ ਨਹੀਂ ਸੀ ਤਾਂ 23 ਮਈ ਦੂਰ ਨਹੀਂ। ਉਮੀਦ ਹੈ ਕਿ ਮੁਲਕ ਵਿੱਚ ਬਣਨ ਵਾਲੀ ਨਵੀਂ ਸਰਕਾਰ ਕਰਤਾਰਪੁਰ ਲਾਂਘੇ ਦੇ ਕੰਮ ਨੂੰ ਰਫ਼ਤਾਰ ਦੇਵੇਗੀ। ਨਿਊਜ਼ ਡੈਸਕ ਰਿਪੋਰਟ, ਜਸ ਪੰਜਾਬੀ।